ਹੁਣ ਆਹ 1-2 ਸਾਲਾਂ ਤੋਂ ਮੱਕੀ ਦਾ 4 ਪਾਉਣ ਦਾ ਕਰੇਜ਼ ਬਹੁਤ ਵੱਧ ਗਿਆ ਨਾ। ਇਸ ਵਾਰ ਵੀ ਆਪਣੇ ਕਿਸਾਨ ਵੀਰ ਹੱਥਾਂ 'ਚ ਥੁੱਕੀ ਫਿਰਦੇ ਆ, ਕਹਿੰਦੇ ਯਾਰ ਮੱਕੀ ਦਾ 4 ਪਾਵਾਂਗੇ, ਨਜ਼ਾਰਾ ਆ ਜਾਂਦਾ। ਇੱਕ ਤਾਂ ਨਾ ਰੋਜ਼ ਰੋਜ਼ ਖੇਤ ਨਹੀਂ ਜਾਣਾ ਪੈਂਦਾ, ਘੰਟੇ 'ਚ ਪੱਠੇ ਵੱਢਦੇ, ਫਿਰ ਉਸ ਤੋਂ ਬਾਅਦ ਕੁਤਰਦੇ, ਸਾਰਾ ਦਿਨ ਪਸ਼ੂਆਂ ਨਾਲ ਮੱਥਾ ਮਾਰੀ ਜਾਂਦੇ ਆ। ਜਿੱਦਣ ਦਾ 4 ਪਾ ਲਿਆ ਨਾ, ਨਜ਼ਾਰਾ ਹੀ ਨਜ਼ਾਰਾ। ਇੱਕ ਤਾਂ ਸਾਹ ਉਹ ਨਹੀਂ ਮੁੱਕਦਾ, ਅਤੇ ਦੂਜਾ 4 ਪਾਉਣਾ ਪਸ਼ੂ ਰਾਜੀ ਰਹਿੰਦੇ ਆ, ਨਾਲੇ ਆਪਣੇ ਦਾਣੇ ਦਾ ਖਰਚਾ ਘੱਟ ਗਿਆ, ਨਾਲੇ ਆਪਾਂ ਜਿਹੜਾ ਖੇਤ ਟਰੈਕਟਰ ਲੈ ਕੇ ਜਾਂਦੇ ਸੀ 2-4 ਸੌ ਦਾ ਤੇਲ ਮੁਕਾਉਂਦੇ ਸੀ, ਉਹਦਾ ਖਰਚਾ ਘੱਟ ਗਿਆ, ਤਾਂ ਆਪਾਂ ਨੂੰ ਫਰੀ ਵਾਂਗ ਹੀ ਪੈਂਦਾ ਯਾਰ, ਨਜ਼ਾਰਾ ਆ ਗਿਆ। ਤਾਂ ਦੋਸਤੋ ਇਸ ਮੱਕੀ ਦੇ 4 ਨੇ ਤੁਹਾਨੂੰ ਲੈ ਬੈਠਣਾ, ਇਸ ਮੱਕੀ ਦੇ 4 ਨਾਲ ਆਪਣੀ ਮਿੱਟੀ ਪਾਣੀ ਦੋਨੋਂ ਜਾਣਗੇ। ਕਿਉਂਕਿ ਦੋਸਤੋ ਇਹ 4 ਇੰਨਾ ਖਤਰਨਾਕ ਨਾ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ 4 ਨਾ ਪਾਓ, 4 ਜਾਂ ਤੁਸੀਂ ਹੋਰ ਹਰੇ ਚਾਰੇ ਬਥੇਰੇ ਆਪਣੇ ਕੋਲ, ਜਵਾਰ ਦਾ ਪਾ ਲਓ, ਬਥੇਰੇ ਕਾਸੇ ਦਾ ਮਰਜ਼ੀ 4 ਪਾ ਲਓ ਯਾਰ, ਪੈ ਜੂਗਾ। ਪਰ ਮੱਕੀ ਦਾ 4 ਨਾ ਪਾਓ, ਕਿਉਂਕਿ ਇਸ ਮੱਕੀ ਨੇ ਪਹਿਲਾਂ ਆਪਾਂ, ਫਿਰ ਜ਼ਮੀਨ, ਅਤੇ ਫਿਰ ਬਾਅਦ ਦੇ ਵਿੱਚ ਪਾਣੀ, ਤਿੰਨੋਂ ਖਤਮ ਕਰ ਦੇਣੇ ਆ। ਜਦੋਂ ਤੁਹਾਨੂੰ ਕੁਝ ਸਮਝ ਆਊਗਾ, ਉਦੋਂ ਨੂੰ ਸਾਰਾ ਕੁਝ ਖਤਮ ਹੋ ਚੁੱਕਿਆ ਹੋਊਗਾ। ਆਪਾਂ ਤਾਂ ਯਾਰ ਪੂਸਾ 44 ਝੋਨੇ ਨੂੰ ਰੋਂਦੇ ਸੀਗੇ ਯਾਰ, ਇਸ ਉੱਪਰ ਬੈਨ ਲੱਗਣਾ ਚਾਹੀਦਾ ਯਾਰ, ਪਾਣੀ ਦੀ ਬਰਬਾਦੀ ਆ। ਝਾੜ ਤਾਂ ਠੀਕ ਆ, ਪਰ ਦੋਸਤੋ ਪੂਸਾ 44 ਝੋਨਾ ਤਾਂ ਫਿਰ ਵੀ 2 ਮਹੀਨੇ ਆਪਣੀ ਜ਼ਮੀਨ ਵਿਹਲੀ ਰੱਖ ਦਿੰਦਾ ਸੀ, ਕਿਉਂ 35-40 ਦਿਨ ਤਾਂ ਆਪਾਂ ਪਨੀਰੀ ਲਾਉਂਦੇ ਸੀਗੇ, ਵਿਹਲਾ ਖੇਤ ਰਹਿ ਜਾਂਦਾ ਸੀਗਾ। ਪਰ ਇਹ ਮੱਕੀ ਕਣਕ ਵੱਢਣ ਸਾਰ ਪਾਣੀ ਦੀ ਬਰਬਾਦੀ ਸ਼ੁਰੂ, ਅਤੇ ਇਹ ਮੱਕੀ ਇੰਨੀ ਕੁ ਜ਼ਿਆਦਾ ਖਤਰਨਾਕ ਨਾ ਕਿ 3 ਮਹੀਨਿਆਂ ਦੇ ਵਿੱਚ ਹੀ ਆਪਣੇ ਖੇਤ ਨੂੰ, ਆਪਣੇ ਜ਼ਮੀਨ ਨੂੰ ਚੂਸ ਕੇ ਰੱਖ ਦਿੰਦੀ ਆ। ਆਪਣਾ ਕਣਕ ਝੋਨਾ ਤਾਂ 10 ਸਾਲਾਂ ਦੇ ਵਿੱਚ ਉੱਨੀ ਖੁਰਾਕ ਨਹੀਂ ਖਾਂਦਾ ਜਿੰਨੀ ਕੁ ਇਹ 3 ਕੁ ਮਹੀਨਿਆਂ ਦੇ ਵਿੱਚ ਖਾ ਜਾਂਦੀ ਆ। ਹੁਣ ਦੋਸਤੋ ਮੈਨੂੰ ਕਈ ਫੋਨ ਆਏ, ਹੁਣ ਵੀ ਫੋਨ ਆ ਰਹੇ ਆ ਕਿ ਯਾਰ ਅਸੀਂ ਨਾ ਮੱਕੀ ਲਾਈ ਸੀ, ਮੱਕੀ ਤਾਂ ਹੋ ਗਈ ਵਧੀਆ, ਪਰ ਬਾਅਦ ਦੇ ਵਿੱਚ ਝੋਨਾ ਸਾਡੇ 35-40 ਮਿੰਟ 'ਚ ਰਹਿ ਗਿਆ, ਕਿਉਂਕਿ ਮਾੜੀਆਂ ਜ਼ਮੀਨਾਂ, ਰੇਸਲੀਆਂ ਜ਼ਮੀਨਾਂ ਦੇ ਵਿੱਚ ਤਾਂ ਇਹ ਝੱਟ ਪੱਟੀ ਦੱਸ ਦਿੰਦੀ ਆ, ਪਰੰਤੂ ਜਿਹੜੇ ਆਪਣੇ ਤਕੜੇ ਖੇਤ ਆ ਉਹ ਕਿੰਨੇ ਕੁ ਟਾਈਮ ਤੱਕ ਇਸਦੀ ਮਾਰ ਚੱਲਣਗੇ ਯਾਰ। ਆਪਾਂ ਖਾਦਾਂ ਵਧਾਈ ਜਾਂਦੇ, ਆਪਾਂ ਮੱਕੀ ਲਾ ਲਈ, ਮੱਕੀ ਲਾਉਣ ਸਾਰ ਆਪਾਂ ਜ਼ਹਿਰ ਤੋਂ ਜ਼ਹਿਰ ਪਾਈ ਜਾਂਦੇ ਹਾਂ, ਤਕੜੇ ਤੋਂ ਤਕੜਾ ਕੈਮੀਕਲ ਪਾਉਂਦੇ ਹਾਂ, ਕਦੇ ਸਪਰੇਅ ਦੇ ਵਿੱਚ, ਕਦੇ ਜ਼ਮੀਨ ਦੇ ਵਿੱਚ, ਫਿਰ ਉਸ ਤੋਂ ਬਾਅਦ ਆਪਣਾ ਝੋਨਾ ਨਹੀਂ ਚੱਲਦਾ, ਝੋਨਾ ਬੂਟਾ ਨਹੀਂ ਮਾਰਦਾ, ਫਿਰ ਉਹਦੇ ਉੱਪਰ ਜ਼ਹਿਰ ਪਾਈ ਜਾਂਦੇ ਹੈਗੇ। ਤਾਂ ਦੋਸਤੋ ਇੰਨੇ ਜ਼ਹਿਰਾਂ ਕਰਕੇ ਆਪਣਾ ਪਾਣੀ ਤਾਂ ਜਾਊਗਾ ਜਾਊਗਾ ਖਤਮ ਆ, ਜ਼ਮੀਨ ਵੀ ਜਾਊਗੀ ਜਾਊਗੀ। ਅਤੇ ਉਸ ਤੋਂ ਬਾਅਦ 3 ਨੰਬਰ 'ਤੇ ਆਪਾਂ ਆਪਦੇ ਲਈ ਨਵੀਆਂ ਤੋਂ ਨਵੀਆਂ ਬਿਮਾਰੀਆਂ ਲੈ ਕੇ ਆ ਰਹੇ ਹਾਂ। ਹੁਣ ਦੋਸਤੋ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਆਪਾਂ ਇੰਨੇ ਕੁ ਜ਼ਿਆਦਾ ਖਾਦਾਂ, ਇੰਨੀਆਂ ਕੁ ਜ਼ਿਆਦਾ ਜ਼ਹਿਰਾਂ ਦੀ ਵਰਤੋਂ ਕਰ ਰਹੇ ਹਾਂ ਕਿ ਆਪਾਂ ਨੂੰ ਜਵਾਕ ਜੰਮਣ ਲਈ ਵੀ ਦਵਾਈਆਂ ਉੱਪਰ ਨਿਰਭਰ ਹੋਣਾ ਪੈਂਦਾ। ਤਾਂ ਮਿੱਤਰੋ ਹਲੇ ਵੀ ਵੇਲਾ, ਸੰਭਲ ਜੂ, ਨਹੀਂ ਤਾਂ ਬਾਅਦ ਦੇ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ। ਜਦੋਂ ਸਮਾਂ ਲੰਘ ਹੀ ਗਿਆ, ਬਾਅਦ ਦੇ ਵਿੱਚ ਮੱਥੇ 'ਤੇ ਹੱਥ ਮਾਰਨ ਦਾ ਕੀ ਫਾਇਦਾ।